शोरूम दे वेचे 50% सेल लग चुकी है। हाँ जी बिल्कुल 50% सेल लग चुकी है। अगर किसी भी सेल का फायदा उठाना चाहते हो तो एक बार जरूर विजिट करो फैशन हब शोरूम दे वेचे। यानी कि जो कुर्ता तुम्हें मार्केट दे वेचे 500 रुपए का मिलता है, वह 1000 रुपए दे वेचे 4 कुर्ते मिलेंगे। ब्रांडेड कपड़ियां ते भारी छूट लगी हुई है, तो जल्दी आओ ते एक बार मौके का फायदा उठाओ। ਜਦੋਂ ਅਸੀਂ ਗੱਲ ਕਰਦੇ ਹਾਂ ਕੁਝ ਕਸਟਮਰਸ ਦੇ ਨਾਲ ਜੋ ਫੈਸ਼ਨ ਹਬ ਸ਼ੋਰੂਮ ਦੇ ਵਿੱਚ ਸ਼ਾਪਿੰਗ ਕਰਨ ਲਈ ਆਏ ਨੇ। ਹੈਲੋ ਮੈਮ। ਹਾਂਜੀ ਮੈਮ, ਮੇਰਾ ਫਰਸਟ ਕੁਐਸਚਨ ਤੁਹਾਨੂੰ ਇਹ ਹੈ ਕਿ ਤੁਸੀਂ ਫੈਸ਼ਨ ਹਬ ਸ਼ੋਰੂਮ ਦੇ ਵਿੱਚ ਕਦੋਂ ਤੋਂ ਸ਼ੋਪਿੰਗ ਕਰਦੇ ਆ ਰਹੇ ਹੋ? ਲਗਾਤਾਰ 2 ਸਾਲ ਤੋਂ ਸ਼ੋਪਿੰਗ ਕਰਦੇ ਗਏ। ਤੇ ਤੁਸੀਂ ਕੱਪੜਿਆਂ ਦੀ ਥੋੜੀ ਡਿਟੇਲ ਤੇ ਸਾਨੂੰ ਜਾਣਕਾਰੀ ਦੇ ਸਕਦੇ ਹੋ? ਕੱਪੜੇ ਬੈਸਟ ਕੁਆਲਿਟੀ ਹੈ, ਪ੍ਰਾਈਸ ਬਹੁਤ ਵਧੀਆ ਨੇ, ਘੱਟ ਤੋਂ ਘੱਟ ਰੇਟਾਂ ਵਿੱਚ ਜਿੱਦਾਂ ਦਾ ਮਰਜ਼ੀ ਤੁਸੀਂ ਕੱਪੜਾ ਇੱਥੇ ਲੈ ਸਕਦੇ ਹੋ। ਕੁਰਤੇ ਵਧੀਆ ਜਿੱਦਾਂ ਦੇ ਅੱਜ ਤੱਕ ਟ੍ਰੈਂਡਿੰਗ ਚ ਜੋ ਟ੍ਰੈਂਡਿੰਗ ਚ ਚੱਲ ਰਿਹਾ ਹੈ ਉਹ ਚੀਜ਼, ਜੈਗਿੰਗ ਹੈ, ਜੀਨਸ ਹੈ, ਫਰੋਕਸ ਹੈ, ਗਾਊਨਸ ਵਗੈਰਾ ਸਭ ਕੁਝ ਇੱਥੇ ਅਵੇਲੇਬਲ ਹੈ। ਤੁਸੀਂ ਹੋਰਾਂ ਨੂੰ ਵੀ ਰეკਮੈਂਡ ਕਰੋਗੇ ਕਿ ਉਹ ਫੈਸ਼ਨ ਹੱਬ ਦੇ ਵਿੱਚ ਆ ਕੇ ਸ਼ਾਪਿੰਗ ਕਰਨਾ? ਹਾਂਜੀ, ਇੱਕ ਸੀ ਵਧੀਆ ਤੇ ਸਸਤਾ ਕੱਪੜਾ ਖਰੀਦਣਾ ਚਾਹੁੰਦੇ ਹੋ ਤੇ ਇੱਕ ਵਾਰੀ ਫੈਸ਼ਨ ਹੱਬ 'ਚ ਜਰੂਰ ਵਿਜ਼ਿਟ ਕਰੋ। ਥੈਂਕ ਯੂ ਮੈਮ। ਥੈਂਕ ਯੂ ਜੀ। ਜਦੋਂ ਅਸੀਂ ਗੱਲ ਕਰਦੇ ਹਾਂ ਕੁਝ ਹੋਰ ਕਸਟਮਰਸ ਦੇ ਨਾਲ ਜੋ ਫੈਸ਼ਨ ਹੱਬ ਦੇ ਵਿੱਚ ਸ਼ਾਪਿੰਗ ਕਰਨ ਲਈ ਆਏ ਨੇ। ਹੈਲੋ ਮੈਮ। ਹੈਲੋ ਮੈਮ, ਤੁਸੀਂ ਕਿੱਥੋਂ ਆਏ ਹੋ? ਅਸੀਂ ਬੰਤਾ ਸਿੰਘ ਕਲੋਨੀ ਤੋਂ ਆਏ ਹਾਂ। ਮੈਮ, ਤੁਸੀਂ ਫੈਸ਼ਨ ਹੱਬ ਦੇ ਵਿੱਚ ਕਦੋਂ ਤੋਂ ਸ਼ਾਪਿੰਗ ਕਰਦੇ ਆ ਰਹੇ ਹੋ? ਤਕਰੀਬਨ 2 ਸਾਲ ਤੋਂ। ਤੁਸੀਂ 2 ਸਾਲ ਤੋਂ ਸ਼ਾਪਿੰਗ ਕਰ ਰਹੇ ਹੋ ਤੇ ਕਿਹੋ ਜਿਹਾ ਤੁਹਾਨੂੰ ਸਟਾਫ ਲੱਗਦਾ ਇੱਥੋਂ ਦਾ? ਬਹੁਤ ਵਧੀਆ, ਹਰ ਤਰ੍ਹਾਂ ਦੀ ਵੈਰਾਈਟੀ ਮਿਲਦੀ ਹੈ, ਸਭ ਕੁਝ ਮਿਲ ਰਿਹਾ ਇੱਥੇ ਅਸਲ ਵਧੀਆ। ਮੈਂ ਸਾਰਿਆਂ ਨੂੰ ਕਹੂੰਗੀ ਕਿ ਇੱਥੇ ਇੱਕ ਵਾਰੀ ਜ਼ਰੂਰ ਆ, ਤੁਸੀਂ ਆਪਣੀ ਚੁਆਇਸ ਮੁਤਾਬਕ ਕਿਸੇ ਤਰ੍ਹਾਂ ਦਾ ਵੀ ਕੱਪੜਾ ਇੱਥੇ ਖਰੀਦ ਸਕਦੇ ਹੋ। ਬਾਕੀ ਸਟਾਕਸ ਨਾਲ ਤਾਂ ਉੱਥੇ ਕੀ ਡਿਫਰੈਂਟ ਲੱਗਾ ਸਰ? ਮੈਮ, ਸਰਪਲਸ ਦਾ ਸਮਾਨ ਹੈਗਾ ਏ ਤੇ ਬਹੁਤ ਵਧੀਆ ਹੈਗਾ, ਸਟਾਫ ਬਹੁਤ ਵਧੀਆ ਲੱਗਾ ਮੈਨੂੰ। ਤਾਂ ਅਸੀਂ ਗੱਲ ਕਰਦੇ ਹਾਂ ਫੈਸ਼ਨ ਹੱਬ ਸ਼ੋਰੂਮ ਦੇ ਓਨਰ ਹਰਪ੍ਰੀਤ ਸਿੰਘ ਦੇ ਨਾਲ ਜੋ ਕਿ ਇਹਨਾਂ ਨੂੰ ਪ੍ਰੀਤ ਦੇ ਨਾਂ ਦੇ ਨਾਲ ਜਾਣਦੇ ਨੇ, ਤਾਂ ਉਹਨਾਂ ਨੂੰ ਅਸੀਂ ਪੁੱਛਦੇ ਹਾਂ ਕਿ ਉਹਨਾਂ ਨੇ ਇਹ ਬਿਜ਼ਨਸ ਕਦੋਂ ਤੋਂ ਸਟਾਰਟ ਕੀਤਾ ਹੈ? ਹਾਂਜੀ ਸਰ। ਸਤਿ ਸ਼੍ਰੀ ਅਕਾਲ ਮੈਮ। ਇਹ ਮੈਂ ਬਿਜ਼ਨਸ ਮੈਂ 2 ਸਾਲ ਤੋਂ ਸਟਾਰਟ ਹੈ, ਬਟ ਲੋਕਾਂ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਪਹਿਲਾਂ ਛੋਟਾ ਸੀਗਾ ਫਿਰ ਇਹਨੂੰ ਆਪਾਂ ਵੱਡਾ ਕਰਤਾ ਹੈ। ਹੁਣ ਹਰ ਇੱਕ ਵੈਰਾਈਟੀ ਰੱਖੀ ਹੈ, ਸਾਡੇ ਕੋਲ ਸਰਪਲਸ ਦਾ ਸਮਾਨ ਜ਼ਿਆਦਾਤਰ ਆ ਗਿਆ। ਸਰ, ਤੁਸੀਂ ਆਪਣੇ ਕਸਟਮਰਸ ਨੂੰ ਕੀ ਫੀਲ ਕਰਨਾ ਚਾਹੁੰਦੇ ਹੋ? ਮੈਂ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਇੱਕ ਵਾਰੀ ਫੈਸ਼ਨ ਹੱਬ ਤੇ ਜ਼ਰੂਰ ਵਿਜ਼ਿਟ ਕਰੋ। ਸਾਡੇ ਬਾਜ਼ਾਰ ਨਾਲੋਂ ਬਹੁਤ ਸਸਤੇ ਰੇਟ ਤੇ, ਜੈਨੂਅਨ ਰੇਟ ਤੇ ਆਪਾਂ ਜੋ ਵੀ ਸਮਾਨ ਹੈਗਾ ਦਿੰਦੇ ਆ। ਇੱਕ ਵਾਰੀ ਸੇਵਾ ਦਾ ਮੌਕਾ ਜ਼ਰੂਰ ਦਿਓ, ਫੈਸ਼ਨ ਹੱਬ ਤੇ ਵਿਜ਼ਿਟ ਜ਼ਰੂਰ ਕਰੋ ਇੱਕ ਵਾਰੀ। ਅਸੀਂ ਗੱਲ ਕਰਦੇ ਆ ਫੈਸ਼ਨ ਹੱਬ ਸ਼ੋਰੂਮ ਦੇ ਸਟਾਫ ਮੈਂਬਰਸ ਦੇ ਨਾਲ, ਤਾਂ ਉਹਨਾਂ ਨੂੰ ਪੁੱਛਦੇ ਆ ਕਿ ਲੇਡੀਜ਼ ਦੇ ਸਟਾਕ ਦੇ ਵਿੱਚ ਕਿੰਨੀ ਕੁ ਜ਼ਿਆਦਾ ਛੂਟ ਚੱਲ ਰਹੀ ਹੈ? ਹਾਂਜੀ ਮੈਮ। ਮੈਮ, ਇਹਨਾਂ ਤੇ 50% ਤੋਂ ਵੀ ਘੱਟ ਰੇਟ ਤੇ ਛੂਟ ਚੱਲ ਰਹੀ ਆ। ਇਹ ਜਿੱਦਾਂ ਕਿ 500 ਦੇ 2 ਆ, ਆ 500 ਦੇ 3 ਕੱਢ ਕੇ ਵੀ ਦਿਖਾ ਦਿੰਦੇ ਹਾਂ। ਹਾਂਜੀ, ਤੁਸੀਂ ਡਿਟੇਲ 'ਚ ਸਾਨੂੰ ਜਾਣਕਾਰੀ ਦੇ ਦਿਓ ਕਿ ਇਹ ਕਿੰਨਾ ਕੁ ਰੇਟ ਹੈਗਾ ਇਹਨਾਂ ਦਾ? ਇੱਕ ਸਾਹਿਬ ਦਾ 200 ਰੁਪਏ ਦਾ ਰੇਟ ਹੈ ਇੱਕ ਦਾ। ਐਗਜ਼ੈਕਟ? ਹਾਂਜੀ, ਠੀਕ ਹੈ, ਦਿਖਾ ਦਿਓ। ਹੁਣ ਦੇਖੋ ਕਿੰਨਾ ਸਟਫ ਵਧੀਆ ਵੀ ਹੈ, ਨਾਲੇ ਕਾਟਨ ਚ। ਕਿਹੜੇ ਕਿਹੜੇ ਕਲਰਸ ਹੈ ਇਹਨਾਂ ਚ? ਇਹਨਾਂ ਵਿੱਚ ਹਰ ਤਰ੍ਹਾਂ ਦੇ ਕਲਰਸ ਮਿਲਣਗੇ, ਸਾਈਜ਼ ਵੀ ਸੇਮ ਮਿਲਣਗੇ। ਉਹਦਾ ਇੱਕ ਕੁੜਤੇ ਦਾ ਕਿੰਨਾ ਪ੍ਰਾਈਸ ਹੈ ਮੈਮ? 250। 250 ਦਾ ਇੱਕ ਹੈ? ਹਾਂਜੀ। ਤੁਸੀਂ 500 ਦੇ 2 ਵੀ ਦੇ ਰਹੇ ਹੋ ਤੇ 3 ਵੀ ਦੇ ਰਹੇ ਹੋ। ਹਾਂਜੀ, ਸਹੀ ਹੈ। ਹਾਂਜੀ, ਬਿਲਕੁਲ। ਰੇਟ ਜੈਨੂਅਨ ਆ, ਤੁਸੀਂ ਸੇਮ ਲਾਈਕ ਜਲੰਧਰ ਦਾ ਰੇਟ ਹੀ। ਫੈਸ਼ਨ ਹੱਬ ਸ਼ੋਰੂਮ ਦੇ ਵਿੱਚ ਲੇਡੀਜ਼ ਦੇ, ਜੈਂਟਸ ਦੇ
एज वेल किड्स के कपड़ों से भारी सेल लगी हुई है। अगर तुम भी वधिया ते सस्ता कपड़ा खरीदना चाहते हो तो एक बार जरूर विजिट करो फैशन हब नियर यस बैंक जी टी रोड बसुआ विखे।